ਸਾਈਂ ਜ਼ਹੂਰ ਅਹਿਮਦ, ਸੂਫੀ ਗਾਇਕੀ ਦਾ ਥੰਮ। ਸ਼ਾਇਦ ਹੀ ਕੋਈ ਅਜਿਹਾ ਸ਼ਖਸ ਹੋਵੇਗਾ ਜੋ ਕਲਾ 'ਚ ਦਿਲਚਸਪੀ ਰੱਖਦਾ ਹੋਵੇ ਅਤੇ ਇਸ ਨਾਮ ਨਾਲ ਵਾਕਫ ਨਾ ਹੋਵੇ। 1937 'ਚ ਸਾਂਝੇ ਪੰਜਾਬ ਦੀ ਮਿੱਟੀ ਨੇ ਇਸ ਸ਼ਾਨਦਾਰ ਸ਼ਖਸੀਅਤ ਨੂੰ ਜਨਮ ਦਿੱਤਾ, ਪਰ ਬੁਲੰਦ ਆਵਾਜ਼ ਦੇ ਮਾਲਕ ਸਾਈਂ ਦੀ ਗਾਇਕੀ ਕਿਸੇ ਸਰਹੱਦ 'ਚ ਨਹੀਂ ਬੰਨੀ ਗਈ। ਪਿਆਰ ਨੂੰ ਰੱਬ ਦਾ ਦਰਜਾ ਹਾਸਲ ਹੈ, ਇਹ ਅਕਸਰ ਕਿਹਾ ਜਾਂਦਾ ਹੈ, ਪਰ ਸਾਈਂ ਜ਼ਹੂਰ ਉਹ ਸ਼ਖਸੀਅਤ ਹੈ ਜਿਸਨੇ ਪਿਆਰ ਅਤੇ ਰੱਬ ਦਾ ਰਿਸ਼ਤਾ ਆਪਣੀ ਦਿਲ ਖਿੱਚਵੀਂ ਆਵਾਜ਼ ਨਾਲ ਸਥਾਪਿਤ ਕੀਤਾ। ਪਾਕਿਸਤਾਨੀ ਪੰਜਾਬ ਦੇ ਉਕਾਰਾ 'ਚ ਜ਼ਹੂਰ ਅਹਿਮਦ ਇੱਕ ਕਿਸਾਨ ਦੇ ਘਰ ਪੈਦਾ ਹੋਇਆ, ਪਰ ਖੇਤਾਂ ਦੇ ਇਸ ਪੁੱਤ ਨੇ ਪੰਜਾਲੀ ਦੀ ਥਾਂ ਹੱਥ 'ਚ ਇੱਕ ਤਾਰਾ ਫੜ ਲਿਆ। 5 ਸਾਲ ਦਾ ਸੀ ਜ਼ਹੂਰ ਜਦੋਂ ਘਰ ਛੱਡ ਦਿੱਤਾ। ਜ਼ਿੰਦਗੀ ਦਾ ਲੰਮਾ ਸਮਾਂ ਸਾਈਂ ਜ਼ਹੂਰ ਨੇ ਸੂਫੀ ਦਰਗਾਹਾਂ 'ਚ ਗੁਜ਼ਾਰ ਦਿੱਤਾ। ਦਰਗਾਹਾਂ ਦੀ ਹੀ ਦੇਣ ਹੈ ਕਿ ਅੱਜ ਸਾਡੇ ਸਾਹਮਣੇ ਸੂਫੀ ਗਾਇਕ ਸਾਈਂ ਜ਼ਹੂਰ ਅਹਿਮਦ ਮੌਜੂਦ ਹੈ। ਇੰਨੇ ਸਾਲ ਦੀ ਮਿਹਨਤ ਨੂੰ ਫਲ ਪਾਇਆ BBC ਵਰਲਡ ਮਿਊਜ਼ਿਕ ਐਵਾਰਡ ਨੇ। ਸਾਲ 2006 'ਚ BBC ਵਾਇਸ ਆਫ ਦਾ ਈਅਰ ਚੁਣੇ ਗਏ ਸੀ ਸਾਈਂ ਜ਼ਹੂਰ। ਵੇ ਕਦੇ ਆਪਣੇ ਆਪ ਨੂੰ ਪੜਿਆ ਨਾ, ਬੱਜ ਬੱਜ ਵੜਨੇ ਮੰਦਰ ਮਸੀਤੀ। ਕੋਕ ਸਟੂਡੀਓ 'ਚ ਆਪਣੀ ਆਵਾਜ਼ ਬੁਲੰਦ ਕਰਨ ਤੋਂ ਬਾਅਦ ਸਾਈਂ ਦੀ ਪ੍ਰਸਿੱਧੀ ਹੋਰ ਵਧੀ। ਸਾਈਂ ਜ਼ਹੂਰ ਦੇ ਸਾਥੀ ਨੇ ਇੱਕ ਤਾਰਾ ਅਤੇ ਤੁੰਬੀ, ਇਹੀ ਵਜ੍ਹਾ ਹੈ ਕਿ ਸਾਈਂ ਆਖਰੀ ਸਾਹਾਂ ਤੱਕ ਵੀ ਇਹਨਾਂ ਸਾਜ਼ਾਂ ਦਾ ਸਾਥ ਨਹੀਂ ਛੱਡਣਗੇ। ਪੰਜਾਬੀ ਬੋਲੀ ਦੀ ਸੇਵਾ ਅਤੇ ਉਸਨੂੰ ਪ੍ਰਫੁੱਲਤ ਕਰਨ ਦੀਆਂ ਗੱਲਾਂ ਬਹੁਤ ਹੁੰਦੀਆਂ ਨੇ, ਕੋਸ਼ਿਸ਼ਾਂ ਵੀ ਹੁੰਦੀਆਂ ਨੇ, ਪਰ ਪੰਜਾਬੀ ਮਾਂ ਬੋਲੀ ਨੂੰ ਸਾਈਂ ਜਿਉਂਦਾ। ਦੁਨੀਆਂ ਦਾ ਕੋਈ ਵੀ ਮੰਚ ਹੋਵੇ, ਸਾਈਂ ਜ਼ਹੂਰ ਹਿੱਕ ਤਾਣ ਕੇ ਆਪਣੀ ਮਾਂ ਬੋਲੀ ਵਿੱਚ ਪਿਆਰ ਵੰਡਦਾ। ਜਦੋਂ ਵੀ ਕਦੇ ਤੁੰਬੇ ਦੀ ਤਾਰ ਦੇ ਨਾਲ ਸੂਫੀ ਸੰਗੀਤ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਸਾਈਂ ਜ਼ਹੂਰ ਅਹਿਮਦ ਦਾ। ਜੀ ਹਾਂ, ਸਾਈਂ ਜ਼ਹੂਰ ਅਹਿਮਦ ਜੋ ਪਾਕਿਸਤਾਨ ਦੇ ਵਿੱਚ ਜੰਮੇ ਅਤੇ ਪੂਰੀ ਦੁਨੀਆ ਦੇ ਵਿੱਚ ਆਪਣੀ ਗਾਇਕੀ ਦੇ ਨਾਲ ਆਪਣਾ ਨਾਮ ਬਣਾਇਆ, ਮੇਰੇ ਨਾਲ ਇਸ ਵੇਲੇ ਮੌਜੂਦ ਨੇ। ਸਾਈਂ ਜੀ, ਸਭ ਤੋਂ ਪਹਿਲਾਂ ਤੁਹਾਡਾ ABP ਨਿਊਜ਼ ਦੇ ਵਿੱਚ ਬਹੁਤ ਬਹੁਤ ਸਵਾਗਤ। ਔਰ ਇਹ ਦੱਸੋ ਕਿ ਜੋ ਇੰਡੀਆ ਦੇ ਲੋਕ ਜਾਣਨਾ ਚਾਹੁੰਦੇ ਨੇ ਕਿ ਸਾਈਂ ਜ਼ਹੂਰ ਆਖਿਰ ਹੈ ਕੌਣ ਅਤੇ ਕਿੱਦਾਂ ਬਣੇ? ਜੀ, ਸਭ ਤੋਂ ਵੱਡਾ ਸਾਈਂ ਜ਼ਹੂਰ ਨਹੀਂ ਹੈ, ਸਭ ਤੋਂ ਵੱਡਾ ਨਾਮ ਉਸ ਦਾ ਹੈ ਕਿ ਜਿੰਦਾ ਦੁਨੀਆਂ ਪੂਰੀ ਕਹਿਨਾਤ ਤੇ ਅੱਲਾ ਦਾ ਨਾਮ ਲੈ ਰਹੀ। ਬਾਬੇ ਆਦਮ ਦੀ ਮਿੱਟੀ ਸਭ ਏਕ ਹੈ। ਅਸੀਂ ਤਾਂ ਆਜਿਜ਼ ਹਾਂ, ਸਿਰਫ ਵਲੀ ਦਾ ਨਾਮ ਲੈਂਦੇ ਹਾਂ, ਪਾਕਾਂ ਦਾ ਨਾਮ ਲੈਂਦੇ ਹਾਂ, ਬਾਬਾ ਫਰੀਦ ਦਾ ਨਾਮ ਲੈਂਦੇ ਹਾਂ, ਹਜ਼ਰਤ ਬਾਬਾ ਬੁੱਲੇ ਸ਼ਾਹ ਦਾ ਲੈਂਦੇ ਹਾਂ, ਗੁਰੂਆਂ ਦਾ ਲੈਂਦੇ ਹਾਂ। ਸਭ ਤੋਂ ਵੱਡਾ ਉਨਕਾ ਨਾਮ ਹੈ, ਅਸੀਂ ਤਾਂ ਨਾਮ ਲੈਵੇ ਹਾਂ। ਸਾਈਂ ਜ਼ਹੂਰ ਹਮੇਸ਼ਾ ਬੁੱਲਾ ਗਾਉਂਦੇ ਸਮੇਂ ਜੋ ਤੁੰਬੇ ਦੀ ਤਾਰ ਤੇ ਨੱਚਦਾ ਨਜ਼ਰ ਆਉਂਦਾ, ਪਰ ਉਸ ਤਾਰ ਦੇ ਨਾਲ ਜਦੋਂ ਪੂਰੀ ਦੁਨੀਆਂ ਦੇ ਵਿੱਚ ਲੋਕ ਨੱਚਦੇ ਨੇ, ਕਿੱਦਾਂ ਦਾ ਮਹਿਸੂਸ ਹੁੰਦਾ? ਜੀ ਦੇਖੋ, ਇਹ ਇਸ਼ਕ ਦੀ ਤਾਰ ਏ। ਉਹ ਹਜ਼ਰਤ ਬਾਬਾ ਬੁੱਲੇ ਸ਼ਾਹ ਫਰਮਾਇਆ ਤੇ ਸ਼ਾਹ ਅਨਾਇਤ ਨੇ ਲਿਖਿਆ, ਸ਼ਾਹ ਅਨਾਇਤ ਨੂੰ ਨਚਾਇਆ ਬੁੱਲਾ ਪੀਰ, ਨੱਚਣੇ ਨੂੰ ਜੀ ਕਰਦਾ,
ਓ ਸ਼ਾਨੇ ਤਨੇ ਨਚਾਇਆ ਈ ਬੁੱਲਾ ਪੀਰ ਨੱਚਣੇ ਨੂੰ ਜੀ ਕਰਦਾ ਮਾਰ ਮਾਰ ਅੱਡੀਆਂ ਤੇ ਪਾ ਦਿਓ ਹਨੇਰੀਆਂ ਮਾਰ ਮਾਰ ਅੱਡੀਆਂ ਤੇ ਪਾ ਦਿਓ ਹਨੇਰੀਆਂ ਜਦ ਤੱਕ ਗੱਲਾਂ ਹੋਣ ਬੁੱਲੇ ਦੀਆਂ ਮੇਰੀਆਂ ਉਹ ਜਦ ਬਦਲ ਦਿੱਤੀ ਤਕਦੀਰ ਨੱਚਣੇ ਨੂੰ ਜੀ ਕਰਦਾ ਸ਼ਾਨੇਤ ਨੇ ਨਚਾਇਆ ਈ ਬੁੱਲਾ ਪੀਰ ਨੱਚਣੇ ਨੂੰ ਜੀ ਕਰਦਾ ਬੁੱਲਾ ਸੋਹਣਾ ਸ਼ਹਿਰ ਤੇ ਕਸੂਰ ਵਿੱਚ ਆਇਆ ਏ ਨੱਚ ਨੱਚ ਜਿਸ ਨੇ ਤੇ ਪੀਰ ਨੂੰ ਮਨਾਇਆ ਏ ਨੱਚ ਨੱਚ ਜਿਸ ਨੇ ਹੋਏ ਪੀਰ ਨੂੰ ਮਨਾਇਆ ਏ ਓਏ ਉਹ ਮੁਰਸ਼ਦ ਉਹ ਮੇਰਾ ਪੀਰ ਨੱਚਣੇ ਨੂੰ ਜੀ ਕਰਦਾ ਸ਼ਾਨੇਤ ਨੇ ਨਚਾਇਆ ਈ ਬੁੱਲਾ ਪੀਰ ਨੱਚਣੇ ਨੂੰ ਜੀ ਕਰਦਾ ਖੇਡ ਅੰਦਰ ਦੀ ਜਿਸ ਵਕਤ ਤਾਰ ਲੱਗ ਜਾਵੇ ਨਾ ਉਹ ਵੱਜੇ ਅੱਲਾਹ ਵਾਲੀ ਤਾਰ ਵੱਜੇ ਮੁਰਸ਼ਦ ਵਾਲੀ ਤਾਰ ਆ ਲੱਗੇ ਸਾਈਆਂ ਵਾਲੀ ਤਾਰ ਚੀਣਾ ਐਂ ਛੜੀਂਦਾ ਯਾਰ ਚੀਣਾ ਇੰਜ ਛੜੀਂਦਾ ਯਾਰ ਜਿਸ ਤਰ੍ਹਾਂ ਤੁਸੀਂ ਪਾਕਿਸਤਾਨ ਦੇ ਵਿੱਚ ਜੋ ਗਾਇਕੀ ਗਾ ਰਹੇ ਸੀ ਜਾਂ ਪੂਰੀ ਦੁਨੀਆਂ ਦੇ ਵਿੱਚ ਉਸ ਨੂੰ ਪਿਆਰ ਮਿਲਿਆ, ਉਸ ਤੋਂ ਬਾਅਦ ਕਈ ਹੋਰ ਮੁਲਕਾਂ ਦੇ ਵਿੱਚ ਲੋਕਾਂ ਨੇ ਉਸ ਚੀਜ਼ ਨੂੰ ਕਾਪੀ ਕਰਨਾ ਸ਼ੁਰੂ ਕਰ ਦਿੱਤਾ, ਉਹਨਾਂ ਵਾਸਤੇ ਕੀ ਮੈਸੇਜ? ਜੀ ਮੇਰੇ ਵਾਸਤੇ ਜੋ ਕਾਪੀਆਂ ਕਰਨ ਜੋ ਵੀ ਕਰਨ ਨਾਮ ਤਾਂ ਉਸੇ ਦਾ ਹੀ ਚੱਲਦਾ ਪਿਆ। ਜੇ ਕੋਈ ਬੁੱਲੇ ਦਾ ਨਾਮ ਲੈਂਦਾ ਹੈ ਤਾਂ ਬੁੱਲੇ ਦਾ ਨਾਮ ਕਲਾਮ ਬਾਬਾ ਬੁੱਲੇ ਸ਼ਾਹ ਦਾ ਹੈ, ਭਾਵੇਂ ਕਾਪੀਆਂ ਨਹੀਂ ਭਾਵੇਂ ਲੱਖ ਕੀਤੀ ਵਰਤਣ, ਪਰ ਇੱਕ ਚੀਜ਼ ਹੈ ਉਹਨੂੰ ਕੋਈ ਇਜਾਜ਼ਤ ਲੈਣੀ ਚਾਹੀਦੀ ਬਈ ਮੈਂ ਯੇ ਆਪਕੀ ਤਰਜ਼ ਕਰ ਰਿਹਾ ਤੇ ਮੇਰੀ ਇਜਾਜ਼ਤ ਹੈ। ਉਹਨੇ ਇਜਾਜ਼ਤ ਨਹੀਂ ਲਈ, ਪਰ ਮੈਂ ਫੇਰ ਵੀ ਦੁਆ ਕਰਦਾ ਕਿ ਮੌਲਾ ਜਿੰਨੇ ਕੁ ਫਨਕਾਰ ਹਨ ਉਹਨਾਂ ਨੂੰ ਅੱਲਾ ਸਭ ਤੋਂ ਵੱਡੀ ਤਰੱਕੀ ਦੇਵੇ। ਮੈਂ ਫਨਕਾਰ ਨਹੀਂ ਹਾਂ, ਮੈਂ ਤਾਂ ਇੱਕ ਆਜਿਜ਼ ਹਾਂ। ਤੁਹਾਡੇ ਹਰ ਗੀਤ ਨੂੰ ਲੋਕਾਂ ਵੱਲੋਂ ਪਿਆਰ ਦਿੱਤਾ ਗਿਆ, ਕੀ ਹੁਣ ਖਾਸ ਕੁਛ ਲੋਕਾਂ ਵਾਸਤੇ ਲੈ ਕੇ ਆ ਰਹੇ ਜੋ ਤੁਹਾਨੂੰ ਪਿਆਰ ਕਰਦੇ? ਬੇਟਾ ਖਾਸ ਤਾਂ ਇਹ ਹੀ ਕਿ ਮੈਂ ਮੇਰਾ ਮੁਰਸ਼ਦ ਨੱਚਿਆ ਹੈ, ਮੈਂ ਨੱਚਿਆ, ਮੈਨੂੰ ਨੱਚਣ ਵਾਲੇ ਜਿਵੇਂ ਆਉਂਦੇ ਬਸ ਬੁੱਲੇ ਨੂੰ ਦੀਦਾਰ ਮੌਲਾ ਦਾ ਹੈ ਨਾ, ਦੀਦਾਰ ਹੈ ਉਸ ਦੀ ਜ਼ਾਤ ਦਾ, ਉਸ ਦੀ ਜ਼ਾਤ ਦਾ ਦੀਦਾਰ ਹੈ ਤੇ ਉਹ ਦੀਦਾਰ ਸਭ ਤੋਂ ਵੱਡਾ ਪਿਆਰ ਹੁੰਦਾ ਹੈ, ਮੁਰਸ਼ਿਦ ਦਾ, ਗੁਰੂਆਂ ਦਾ, ਜੋ ਵੀ ਹੈ ਅੱਲਾ ਦਾ ਨਾਮ ਤੋਂ ਸਭ ਤੋਂ ਵੱਡੀ। ਬਾਬੇ ਆਦਮ ਦੀ ਮਿੱਟੀ ਇੱਕ, ਰਾਮ ਰਹੀਮ ਚ ਕੋਈ ਫਰਕ ਨਹੀਂ, ਅਹਦ ਅਹਿਮਦ ਚ ਕੋਈ ਫਰਕ ਨਹੀਂ, ਇਹਦੇ ਚ ਕੋਈ ਚੀਜ਼ ਦਾ ਫਰਕ ਨਹੀਂ, ਬਾਬੇ ਆਦਮ ਦੀ ਮਿੱਟੀ ਇੱਕ। ਪੂਰੀ ਦੁਨੀਆਂ ਦੇ ਵਿੱਚ ਤੁਸੀਂ ਪਰਫਾਰਮ ਕੀਤਾ, ਅੱਜ ਤੱਕ ਸਭ ਤੋਂ ਵਧੀਆ ਪਰਫਾਰਮ ਕਰਕੇ ਕਿਹੜੇ ਮੁਲਕ ਦੇ ਵਿੱਚ? ਬੇਟਾ ਸਭ ਤੋਂ ਵੱਡਾ ਪਰਫਾਰਮ ਉਹ ਚੀਜ਼ ਹੁੰਦੀ, ਮੈਂ ਕਿ ਅਨਪੜ੍ਹ ਜਿਹਾ ਬੰਦਾ ਕਿ ਪੰਜਾਬੀ ਬੋਲੀ ਨੂੰ ਜਿਹੜਾ ਪਛਾਣਦਾ ਹੈ ਕਿ ਮੈਨੂੰ ਉੱਥੇ ਮਜ਼ਾ ਵੀ ਬੜਾ ਆਉਂਦਾ ਹੈ, ਨੱਚਣ ਦਾ ਵੀ ਆਉਂਦਾ ਹੈ, ਸੁਣਾਵਣ ਦਾ ਵੀ ਆਉਂਦਾ ਹੈ, ਸਭ ਕੁਛ ਦਾ। ਨੱਚ ਨੱਚ ਜਿਸ ਨੇ ਤੇ ਪੀਰ ਨੂੰ ਮਨਾਇਆ ਏ ਓਏ ਉਹ ਮੁਰਸ਼ਦ ਉਹ ਮੇਰਾ ਪੀਰ ਨੱਚਣੇ ਨੂੰ ਜੀ ਕਰਦਾ। ਬਾਬਾ ਬੁੱਲੇ ਸ਼ਾਹ ਦੀ ਹਮੇਸ਼ਾ ਗੱਲ ਕਰਨ ਵਾਲੇ ਸਾਈ ਜ਼ਹੂਰ ਦਾ ਇੱਕ ਗਾਣਾ ਬੇਹੱਦ ਮਸ਼ਹੂਰ ਹੈ, ਦੁਨੀਆਂ ਚੱਲੋ ਚੱਲੀ ਦਾ ਮੇਲਾ। ਸਾਈ ਜ਼ਹੂਰ ਦਾ ਇਹ ਗਾਣਾ ਦੁਨੀਆਂ ਵਿੱਚ ਭੱਜ ਦੌੜ ਅਤੇ ਬੇਚੈਨ ਰਹਿਣ ਵਾਲਿਆਂ ਲਈ ਇੱਕ ਸੁਨੇਹਾ ਹੈ।